ਐਡਮਿੰਟਨ ਟਰਾਂਜ਼ਿਟ ਸਰਵਿਸ ਜਿਹੜੀ ਹੈ ਜੀ ਯਾਨੀ ਕਿ ਜਿਹੜਾ ਸਾਡੇ ਬੱਸਾਂ ਤੇ ਐਲ ਆਰਟੀ ਦਾ ਡਿਪਾਰਟਮੈਂਟ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਐਲ ਆਰਟੀ ਦੇ ਵਿੱਚ ਨਵੀਆਂ ਸੀਟਾਂ ਜਿਹੜੀਆਂ ਜਰਮ ਕਿਲਿੰਗ ਐਡਿਟਿਵ ਉਹਦੇ ਵਿੱਚ ਉਹਨਾਂ ਨੇ ਐਡ ਕਰ ਦਿੱਤਾ ਆ ਔਰ ਉਹ ਨਵੀਆਂ ਸੀਟਾਂ ਲਾਈਆਂ ਜਾ ਰਹੀਆਂ ਨੇ ਉਹ ਵੀ ਇਸੇ ਲਈ ਆ ਜੀ ਭਈ ਲੋਕਾਂ ਦੀ ਸੇਫਟੀ ਦੇ ਲਈ ਉਹਨਾਂ ਨੇ ਦੱਸਿਆ ਕਿ ਇਹ ਜਿਹੜੀਆਂ ਸੀਟਾਂ ਬਦਲੀਆਂ ਗਈਆਂ ਨੇ ਐਲ ਆਰਟੀ ਦੀਆਂ ਕਾਰਾਂ ਦੇ ਵਿੱਚ ਇਹ ਹੁਣ ਗਾਹਾਂ ਜਿੰਨੀ ਇੱਕ ਉਮਰ ਉਹਨਾਂ ਮਤਲਬ ਐਲ ਆਰਟੀ ਕਾਰਜ ਦੀ ਹੈਗੀ ਆ ਡੱਬਿਆਂ ਦੀ 19 ਦਿਨ ਤੱਕ ਇਹ ਸੀਟਾਂ ਉਹਨਾਂ ਦੇ ਵਿੱਚ ਰਹਿਣਗੀਆਂ ਇਹਦੇ ਲਈ ਪੈਸੇ ਜਿਹੜੇ ਆ ਜੀ ਉਹਨਾਂ ਨੂੰ ਫੈਡਰਲ ਸਰਕਾਰ ਵੱਲੋਂ ਜਿਹੜੀਆਂ ਕੁਝ ਗ੍ਰਾਂਟਸ ਨੇ ਉਧਰੋਂ ਮਿਲੇ ਸੀਗੇ ਤੇ ਉਹ ਇਹਨਾਂ ਨੇ ਇਸ ਪੱਖ ਤੇ ਲਾਏ ਵੀ ਲੋਕੀ ਟਰਾਂਜ਼ਿਟ ਸਰਵਿਸ ਜਦੋਂ ਯੂਜ਼ ਕਰਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਢੁਡਕੂ ਨਾ ਹੋਵੇ ਉੱਥੇ ਸੇਫਟੀ ਲਈ ਉਹਨਾਂ ਨੇ ਇਹ ਗਲਤ ਕੀਤੀ ਹੈ ਹਾਲਾਂਕਿ ਇਹ ਵੀ ਕਹਿਣਾ ਹੈਗਾ ਕਿ ਟਰਾਂਜ਼ਿਟ ਦੇ ਉੱਤੋਂ ਕੋਵਿਡ-19 ਦਾ ਹੋਣਾ ਉਹ ਕਹਿੰਦੇ ਜੀ ਬਈ ਬਹੁਤ ਉਹਦੀ ਪੋਸਿਬਿਲਿਟੀ ਘਟਿਆ ਕਿਉਂਕਿ ਸਾਫ ਸਫਾਈ ਦਾ ਜਿਹੜਾ ਕੰਮ ਹੈ ਉਹ ਬਹੁਤ ਚੰਗੀ ਤਰ੍ਹਾਂ ਕੀਤਾ ਜਾਂਦਾ ਹੈ ਸੋ ਇਹ ਖਬਰਾਂ ਤੇ ਗਿਆ ਜੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ एडमंटन ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ